ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਸਲਾਮ ਅਲੈਕੁਮ। ਕੀ ਹਾਲ ਚਾਲ ਹੈ ਮੇਰੇ ਸਾਰੇ ਫਰੈਂਡਸ? ਗਰਮੀਆਂ ਕਿੱਦਾਂ ਲੱਗ ਰਹੀਆਂ ਨੇ? ਕੁਝ ਜਲਦੀ ਆ ਗਈਆਂ ਨੇ ਗਰਮੀਆਂ, ਪਰ ਗਰਮੀਆਂ ਦੇ ਆਉਂਦੇ ਹੀ ਸਾਡੇ ਖਾਣੇ ਬਦਲ ਜਾਂਦੇ ਨੇ। ਠੰਡੀਆਂ ਮਿੱਠੀਆਂ ਅਤੇ ਖੱਟੀਆਂ ਚੀਜ਼ਾਂ ਜਿਹੜੀਆਂ ਨੇ ਉਹ ਚੰਗੀਆਂ ਲੱਗਣ ਲੱਗ ਜਾਂਦੀਆਂ ਨੇ, ਅਤੇ ਖੱਟੀਆਂ ਦੇ ਨਾਂ 'ਤੇ ਮੂੰਹ 'ਚ ਆ ਜਾਂਦਾ ਪਾਣੀ। ਅਤੇ ਅੱਜ ਮੈਂ ਤੁਹਾਨੂੰ ਦਿਖਾਵਾਂਗੀ ਇੱਕ ਐਸੀ ਖੱਟੀ ਮਿੱਠੀ ਚੀਜ਼ ਜਿਸ ਨੂੰ ਤੁਸੀਂ ਕਰੋਗੇ ਬਹੁਤ ਇੰਜੋਏ। ਫਰੈਂਡਸ, ਮੈਂ ਕਹਿ ਰਹੀ ਸੀ ਕੁਛ ਖੱਟਾ ਮਿੱਠਾ ਬਣਾਤੇ ਹੈ, ਤੋ ਖੱਟਾ ਮਿੱਠਾ ਬਣਾਉਣੇ ਕੇ ਲੀਏ ਕਿਆ ਬਣਾਓ? ਇਮਲੀ ਕੀ ਮੈਂ ਬਣਾਉਂਗੀ ਖਜੂਰ ਵਾਲੀ ਚਟਨੀ। ਉਸਕੇ ਲੀਏ ਮੈਨੇ ਪਹਿਲੇ ਤੋਂ 1.25 ਲੀਟਰ ਪਾਣੀ ਜੋ ਹੈ ਵੋ ਇਸਮੇ ਡਾਲ ਦਿਆ। ਉਸਕੇ ਬਾਅਦ ਮੇਰੇ ਕੋਲ ਡਾਲੀ 200 ਗ੍ਰਾਮ ਖਜੂਰ, ਆਲਮੋਸਟ 200 ਗ੍ਰਾਮ ਹੈ। ਔਰ ਇਹ ਚਟਨੀ ਫਰੈਂਡਸ ਬਹੁਤ ਲੌਂਗ ਚੱਲ ਸਕਦੀ ਹੈ। ਆਪ ਇਸਕੋ ਇੱਕ ਵਾਰ ਬਣਾ ਕੇ ਫਰਿੱਜ ਮੇ ਰੱਖੇ ਤੋ ਇਹ ਬਹੁਤ ਅੱਛੇ ਵਾਲੀ ਚੱਲ ਜਾਤੀ ਹੈ। ਅਬ ਇਸਮੇ ਮੈਂ 200 ਗ੍ਰਾਮ ਹੀ ਡਾਲ ਦੂੰਗੀ ਇਮਲੀ ਸੀਡਲੈਸ। ਹਾਂ, ਖਜੂਰ ਵੀ ਮੈਨੇ ਸੀਡਲੈਸ ਲੀ ਹੈ। ਔਰ ਇਸਕੇ ਬਾਅਦ ਡਾਲੂੰਗੀ ਮੈਂ ਗੁੜ। ਗੁੜ ਵੀ ਮੈਨੇ 200 ਗ੍ਰਾਮ ਜੋ ਹੈ ਵੋ ਲੈ ਲਿਆ। ਤੋ ਇਸਮੇ ਗੁੜ ਆ ਗਿਆ। ਅਬ ਮੈਂ ਡਾਲਤੀ ਹੂੰ ਪਹਿਲੇ ਇਸਮੇ 1.5 ਸਪੂਨ ਨਮਕ। ਫਿਰ ਮੈਂ ਡਾਲੂੰਗੀ ਭੁੰਨਾ ਹੋਇਆ ਜੀਰਾ। ਭੁੰਨਾ ਹੋਇਆ ਜੀਰਾ ਜੋ ਹੈ ਇਸਕਾ ਸਵਾਦ ਜੋ ਹੈ ਵੋ ਡਬਲ ਕਰ ਦੇਤਾ ਹੈ। ਉਸਕੇ ਬਾਅਦ ਹਮ ਡਾਲੇਂਗੇ 1 ਸਪੂਨ ਫੁੱਲ ਰੈੱਡ ਚਿੱਲੀ। ਚਾਹੇ ਤੋ ਦੂਸਰੀ ਮਿਰਚ ਵੀ ਡਾਲ ਸਕਦੇ ਹੈ, ਲੇਕਿਨ ਇਹ ਤੋ ਜ਼ਰੂਰ ਪੜੇਗੀ। ਉਸਕੇ ਇਲਾਵਾ ਹਮੇ ਚਾਹੀਏ ਸੌਂਠ, ਕਿਉਂਕਿ ਇਸ ਇਮਲੀ ਵਾਲੀ ਚਟਨੀ ਕਾ ਨਾਮ ਹੀ ਸੌਂਠ ਹੁੰਦਾ ਹੈ। ਤੋ ਇਹ ਸੌਂਠ ਕੇ ਬਿਨਾ ਕੋਈ ਇਸਕੀ ਬਾਤ ਨਹੀਂ ਬਣੇਗੀ। ਇਸਕੇ ਇਲਾਵਾ ਹਮ ਡਾਲੇਂਗੇ ਕਾਲਾ ਨਮਕ। ਬਸ ਇਸਕਾ ਪ੍ਰੋਸੀਜਰ ਕੁਛ ਨਹੀਂ ਹੈ, ਇਹ ਆਧਾ ਘੰਟਾ ਪੂਰੇ ਅੱਛੇ ਸੇ ਉਬਲ ਜਾਣਾ ਚਾਹੀਏ। ਦੇਖੀਏ ਫਰੈਂਡਸ, ਇਹ ਉਬਲਣਾ ਸ਼ੁਰੂ ਹੋ ਗਿਆ। ਔਰ ਇਸਮੇ ਅਬ ਹਮ ਥੋੜ੍ਹੀ ਥੋੜ੍ਹੀ ਦੇਰ ਬਾਅਦ ਇਸਕੋ ਹਿਲਾਤੇ ਰਹੇਂਗੇ। ਅਗਰ ਆਪ ਇਸਕੋ ਸਿਮ ਪੇ ਛੋੜ ਦੇਂ ਔਰ ਮੀਡੀਅਮ ਉਸਮੇ ਛੋੜ ਦੇਂ ਜਿਸਸੇ ਬਾਹਰ ਨਾ ਨਿਕਲੇ, ਔਰ ਇਸਕੋ ਲਿਡ ਦੇ ਦੇਂ ਤੋ ਵੀ ਇਸਕਾ ਚਲੇਗਾ, ਕਿਉਂਕਿ ਇਸਕੋ ਹਮਨੇ ਪੂਰੀ ਤਰ੍ਹਾਂ ਸੇ ਗਲਾਨਾ ਹੈ, ਪਕਾਨਾ ਹੈ। ਜਬ ਤੱਕ ਪੱਕ ਨਾ ਜਾਏਗਾ ਤਬ ਤੱਕ ਇਹ ਚਟਨੀ ਅੱਛੀ ਨਹੀਂ ਬਣਦੀ। ਔਰ ਇਸਮੇ ਪੱਕਣੇ ਕੇ ਬਾਅਦ ਇਸਕੋ ਫਿਰ ਮੈਂ ਕਰੂੰਗੀ ਥੋੜ੍ਹਾ ਮਿਕਸਿੰਗ, ਐਂਡ ਫਿਰ ਇਸਕੋ ਹਮ ਫਰਿੱਜ ਮੇ ਰੱਖ ਕੇ ਬਹੁਤ ਦੇਰ ਤੱਕ ਚਲਾ ਸਕਦੇ ਹਾਂ। ਇਸਕੋ ਕਿਸੀ ਵੀ ਚੀਜ਼ ਕੇ ਸਾਥ ਖਾਈਏ, ਲਾਈਕ ਆਪ ਵੜੇ ਕੇ ਸਾਥ ਖਾਈਏ, ਦਹੀਂ ਭੱਲੇ ਕੇ ਸਾਥ ਖਾਈਏ, ਕਿਸੀ ਸਨੈਕਸ ਕੇ ਸਾਥ ਖਾਈਏ, ਬਹੁਤ ਮਜ਼ਾ ਆਉਣੇ ਵਾਲਾ ਹੈ। ਦੇਖੀਏਗਾ ਕੈਸੇ ਬਣਤੀ ਹੈ ਹਮਾਰੀ ਇਹ ਇਮਲੀ ਕੀ ਖਜੂਰ ਵਾਲੀ ਚਟਨੀ। ਫਰੈਂਡਸ, ਇਹ ਰਿਡਿਊਸ ਹੋ ਕਰ ਹੋ ਗਿਆ ਹੈ ਆਲਮੋਸਟ ਆਧਾ। ਤੋ ਅਗਰ ਤੋ ਆਪ ਬਹੁਤ ਗਾੜੇ ਵਾਲੀ ਖਾਣਾ ਚਾਹਤੇ ਹੈ ਤੋ ਇਸਕੋ ਔਰ ਵੀ ਪਕਾਇਆ ਜਾ ਸਕਤਾ ਹੈ, ਲੇਕਿਨ ਅਗਰ ਆਪਨੇ ਠੀਕ ਵਾਲੀ ਲਿਕੁਡ ਲਿਕੁਡ ਵਾਲੀ ਖਾਣੀ ਹੈ, ਕਿਉਂਕਿ ਅਭੀ ਇਸਕੋ ਹਮਨੇ ਏਕ ਬਾਰ ਮਿਕਸੀ ਮੇ ਡਾਲ ਕਰ ਗੇੜਾ ਵੀ ਦਿਲਵਾਨਾ ਹੈ। ਇਸਕੋ ਬੰਦ ਕਰ ਦੇਤੀ ਹੂੰ ਔਰ ਇਸਕੋ ਇਸਮੇ, ਕਿਉਂਕਿ ਅਗਰ ਤੋ ਆਪਨੇ ਮਿਕਸੀ ਮੇ ਕਰਨਾ ਹੈ, ਮੈਂ ਡਾਲ ਰਹੀ ਹੂੰ ਫੂਡ ਪ੍ਰੋਸੈਸਰ ਮੇ, ਤੋ ਅਗਰ ਮਿਕਸੀ ਮੇ ਕਰਨਾ ਹੋ ਨਾ ਫਿਰ ਤੋ ਬਈ ਇਸਕੋ ਪੂਰਾ ਠੰਡਾ ਕਰਕੇ ਹੀ ਕੀਆ ਜਾਤਾ ਹੈ। ਲੇਕਿਨ ਹਮਾਰਾ ਜੋ ਫੂਡ ਪ੍ਰੋਸੈਸਰ ਹੈ ਇਸਮੇ ਹਮ ਥੋੜ੍ਹਾ ਸਾ ਗਰਮ ਚੀਜ਼ ਕੋ ਵੀ ਕਰ ਸਕਤੇ ਹੈ। ਅਬ ਹਮ ਛੰਨੀ ਮੇ ਡਾਲ ਕਰ ਇਸਕੋ ਛਾਨ ਲੇਤੇ ਹੈ। ਇੱਕ ਕੀੜਾ ਹਮਨੇ ਇਸਮੇ ਦਿਲਾ ਲਈ ਹੈ। ਅਬ ਇਸਕੋ ਇਮਲੀ ਕੀ ਚਟਨੀ ਕੀ ਤਰ੍ਹਾਂ, ਬਿਕੋਜ਼ ਹਮਨੇ ਬੀਜ ਤੋ ਨਹੀਂ ਹੈ ਇਸਮੇ, ਲੇਕਿਨ ਖਜੂਰ ਵਾਲਾ ਜੋ ਹੈ ਉਸਕੇ ਰੇਸ਼ੇ ਹੋਤੇ ਹੈ ਤੋ ਵੋ ਕਈ ਬਾਰ ਮੂੰਹ ਮੇ ਆਤੇ ਹੈ, ਤੋ ਇਸਕੋ ਹਮ ਛਾਨਣਾ ਹੀ
प्रेफर करेंगे। आहिस्ता आहिस्ता इसको छान लेते हैं। अब इस चटनी को आप किसी भी अचार वाले जार में, बेशक फ्रिज में, मैंने इसमें कोई भी प्रिजर्वेटिव नहीं पाया, चाहो ज़्यादा लॉन्ग रखना तो इसमें सिट्रस जो प्रिजर्वेटिव है वो डाल सकते हैं। हम एक चीज़ जो लास्ट रह गई है वो डाल देते हैं, वो है खरबूजे और तरबूज के बीज। इसके साथ अगर आप इसको परोसेंगे तो ये बहुत सुंदर लगने वाली है। तो एक चीज़ हम इसमें और भी कर सकते हैं, खजूर को काट के, तो खजूर के पीसेस भी हम इसमें दिखा सकते हैं। लेकिन घर में खानी है, घर की बनी हुई चटनी है, जैसे मर्जी खाएं और अपने दोस्तों को खिलाएं। और मेरे चैनल को करिएगा सब्सक्राइब, लाइक, शेयर। देखने के लिए शुक्रिया।